ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਤੁਸੀਂ ਦੇਖਦੇ ਪਏ ਹੋਤਾ ਪੰਜਾਬ ਟੀਵੀ ਤੇ ਮੈਂ ਤੁਹਾਡਾ ਵੀਰ ਮੁਹੰਮਦ ਲਤੀਫ ਜੱਟ। ਦੋਸਤੋ, ਸਭ ਤੋਂ ਪਹਿਲੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਬਾਸਾਨ ਤਰੀਕੇ ਸੇ ਪਹੁੰਚ ਸਕੇ। ਅੱਜ ਵੀਰਾਂ ਵਾਸਤੇ ਮਾਸ਼ਾਅੱਲਾ ਇੱਕ ਪਹਿਲਾਂ ਚੋਟੀ ਹੈ, ਦੂਜਾ ਸੂਆ ਸੋਨਾ ਹੈ, ਸਾਢੇ ਛੇ ਮਹੀਨਿਆਂ ਦੀ ਗੱਭਣ ਹੈ। ਡਾਕਟਰ ਪਾਸ ਹੈ, ਆਪਣਾ ਡਾਕਟਰ ਨਾਲ ਲਿਆ ਕੇ ਚੈੱਕ ਕਰਵਾ ਸਕਦੇ ਜੇ। ਇੱਕ ਹੈਗੀ ਹੈ 2 ਮਹੀਨਿਆਂ ਦੀ ਗੱਭਣ, ਉਹ ਪਾਸ ਨਹੀਂ ਹੋਈ, ਮਾਲਕਣ ਕੋਲ 2 ਮਹੀਨੇ ਹੋ ਗਏ ਨੇ, ਕਨਫਰਮ ਹੋਈ ਹੈ। ਅਗਰ ਮੁਕੱਦਰ ਜਾਨ ਸੀਵੇ ਰਵੇ ਨਾ ਰਵੇ, ਉਹ ਤੁਹਾਡੇ ਮੁਕੱਦਰ ਨੇ। ਬਾਕੀ ਮੈਂ ਆਪਣੇ ਵੀਰਾਂ ਨੂੰ ਤਸੱਲੀ ਕਰਵਾ ਦਿੰਦਾ ਹੈ, ਮਾਸ਼ਾਅੱਲਾ ਅਨਮੋਲ ਹੀਰਾ, ਲਾਜਵਾਬ ਹੀਰਾ, ਮੁੱਠ ਮੁੱਠ ਥਾਨ ਲਗਾਏ, ਲਾਜਵਾਬ ਲਗਾਏ, ਬੜੀ ਸੋਹਣੀ ਅਤੇ ਬੜੀ ਸ਼ਕੀਨੀ। ਅੱਲਾ ਦੇ ਹੁਕਮਾਂ ਜਿਹੜਾ ਵੀਰ ਲੈ ਜਾਏਗਾ, ਦਵਾਵਾਂ 'ਚ ਯਾਦ ਰੱਖੇਗਾ ਕਿ ਵਾਕਈ ਜਤੀ ਬਾਈ ਕੋਈ ਅਨਮੋਲ ਹੀਰਾ ਕੱਢ ਕੇ ਦਿੱਤਾ ਹੈ। ਮੁੱਠ ਮੁੱਠ ਥਾਨ ਲਗਾਏ, ਲਾਟੂਆ ਥਾਨ ਲਗਾਏ, ਲਾਜਵਾਬ ਲਗਾਏ, ਬੜਾ ਪਿਆਰਾ ਲਗਾਏ, ਬੜਾ ਖੂਬਸੂਰਤ ਲਗਾਏ। ਹੱਡੀ ਪੁੱਠਾ ਖੁੱਡਾ ਢਾਕਾਂ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਹਮੇਸ਼ਾ ਤੋਂ ਤਸੱਲੀਆਂ ਕਰਵਾਈ ਦੀਆਂ ਨੇ। ਉਹ ਕੰਢ ਬਿਲਕੁਲ ਤੀਰ ਸਿੱਧੀ ਪਈ ਹੈ, ਕੰਢ ਬਿਲਕੁਲ ਤੀਰ ਸਿੱਧੀ ਹੈ, ਔਰ ਮੇਰੇ ਵੀਰਾਂ ਨੇ ਹੱਡੀ ਪੁੱਠਾ ਖੁੱਡਾ ਢਾਕਾਂ ਤਸੱਲੀ ਨਾਲ ਵੇਖ ਲੈਣੀਆਂ ਨੇ। ਔਰ ਪੁੱਛਲ ਬਿਲਕੁਲ ਬਰੀਕ ਹੈ, ਧਾਗੇ ਵਗਰੀ ਪੁੱਛਲ ਹੈ, ਮੋੜ ਕੇ ਜੇਬ 'ਚ ਪਾ ਲਓ, ਕੋਈ ਪਰਵਾਹ ਹੀ ਕੋਈ ਦੀ। ਮਾਸ਼ਾਅੱਲਾ ਮੁੱਛ ਬੱਗੀ ਹੈ, ਬਿੱਲੀਆਂ ਅੱਖਾਂ ਨੇ, ਚੂਲ ਕੁੰਡਾ ਸਿੰਘ ਹੈ, ਔਰ ਮੱਥੇ 'ਤੇ ਸਫੈਦ ਫੁੱਲੀ ਹੈ, ਲਾਜਵਾਬ ਹੈ। ਪਹਿਲਾ ਸੂਆ ਸੂਈ ਸੀ, ਦੂਜਾ ਸੂਆ ਸੋਨਾ ਹੈ, ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਕੱਦ ਚੰਗਾ ਤਗੜਾ, ਵੇਲ ਚੰਗੀ, ਔਰ ਮੇਰੇ ਵੀਰਾਂ ਨੇ ਵੱਖੀ ਚੈੱਕ ਕਰ ਲੈਣੀ ਹੈ, 2 ਤੋਂ 3 ਉਂਗਲਾਂ ਰੱਖੀਏ, ਵੱਖੀ ਲੁੱਕਦੀ ਹੈ, ਕੱਦ ਚੰਗਾ ਤਗੜਾ ਹੈ, ਛੋਟੇ ਕੱਦ ਹੀ ਨਹੀਂ ਹੈਗੀ। ਕੋਈ ਵੀਰ ਮੌਕੇ 'ਤੇ ਆ ਜਾਵੇ ਕਵੇ ਕਿ ਨਤੀਬ ਬਾਈ ਛੋਟਾ ਕੱਦ ਦੇ, ਆਉਣ ਜਾਣ ਦਾ ਕਿਰਾਇਆ ਦੇਵਾਂਗੇ, ਨਾਲ ਮਦਦ ਕਰਾਂਗੇ। ਬਾਕੀ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਮਾੜਾ ਚੋਰੀ 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 ਨੂੰ ਧੁੰਨੀ ਕੁੜੀ ਤੋਂ ਬਿਲਕੁਲ ਪਾਕ ਸਾਫ਼ ਹੈ, ਨਾ ਧੁੰਨੀ ਨਾ ਕੋੜੀ, ਧੁੰਨੀ ਕੁੜੀ ਦਾ ਨਾਮ ਨਿਸ਼ਾਨ ਨਹੀਂ ਹੈਗਾ। 6.5 ਮਹੀਨੇ ਗੱਭਣ ਹੈ, ਡਾਕਟਰ ਪਾਸ ਹੈ, ਆਪਣਾ ਡਾਕਟਰ ਨਾਲ ਲਿਆ ਕੇ ਚੈੱਕ ਕਰਵਾ ਕੇ ਲਿਜਾ ਸਕਦੇ ਜਨਾਬ। ਵੀਰਾਂ ਦੀ ਖਾਤਰ ਸਫ਼ਰ ਕਰਕੇ, ਮਿਹਨਤਾਂ ਕਰਕੇ, ਕੋਸ਼ਿਸ਼ਾਂ ਕਰਕੇ ਅੱਛੇ ਅੱਛੇ ਜਨਮ ਕੜਕੇ ਲਈ ਦੇ ਨੇ। ਔਰ ਮੇਰੇ ਵੀਰਾਂ ਨੇ ਧੌਣ ਚੈੱਕ ਕਰ ਲੈਣੀ ਹੈ, 3 ਫੁੱਟ ਲੰਮੀ ਹੈ, ਬੂਥੀ ਸੋਹਣੀ ਹੈ, ਮੁੱਛ ਵੱਗੀ ਹੈ, ਬਿੱਲੀਆਂ ਅੱਖਾਂ ਨੇ, ਚੂਰ ਕੁੰਡਾ ਸਿੰਘ ਹੈ, ਕਿਸੇ ਪਾਸਿਓਂ ਖੁੰਝੀ ਨਹੀਂ ਹੋਈ ਕਰਮਾਲੀ, 1 ਖੁੱਲ ਸਫੈਦ ਹੈ, 3 ਕਾਲੇ ਨੇ, ਲੰਮਾ ਚੋਰੀ ਯਾਦ ਵੇਖੀ। ਮੇਰੇ ਵੀਰਾਂ ਨੇ ਟੂਰਮ ਫਿਰਨ ਚੈੱਕ ਕਰਨਾ ਹੈ, ਬਿਲਕੁਲ 16 ਨੇ, ਕੋਈ ਸਨਵਾ ਨਹੀਂ, ਕੋਈ ਕੰਡਾ ਨਹੀਂ, ਬਿਲਕੁਲ ਕਲੀਅਰ ਹੈ, ਬਿਲਕੁਲ ਕਲੀਅਰ ਮਾਸ਼ਾਅੱਲਾ। ਅੱਲਾ ਦੇ ਹੁਕਮ ਨਾਲ ਝੋਟੀ ਤਿਆਰ ਹੋਏਗੀ, ਮੇਰੇ ਵੀਰਾਂ ਨੂੰ ਪਤਾ ਲੱਗੇਗਾ ਕਿ ਵਾਕਈ ਲਤੀਫ ਬਾਈ ਕਿ ਝੋਟੀ ਆਈ ਸੀ ਚੰਗੀ ਨਿਕਲੀ ਹੈ, ਇਨਸ਼ਾਅੱਲਾ ਦਵਾਵਾਂ ਵਿੱਚ ਯਾਦ ਕਰਨ ਦੇ। ਔਰ ਲਾਜਵਾਬ ਝੋਟੀ ਹੈ, ਬੜੀ ਪਿਆਰੀ ਹੈ, ਬੜੀ ਖੂਬਸੂਰਤ ਹੈ, ਫੁੱਲ ਬਰੀਕੀਆਂ ਦੇ ਵਿੱਚ ਪਿਓਰ ਨੀਲੀ ਦੀ, ਦਰਿਆ ਦੀ ਝੋਟੀ ਹੈ, ਪਿੱਛੇ ਦੀ ਥਾਂ ਦੀ ਹਰ ਗੱਲ ਦੀ ਗਰੰਟੀ ਲਵਾਂਗੇ। ਮੈਂ ਆਪਣੇ ਵੀਰਾਂ ਨੂੰ ਤਸੱਲੀ ਕਰਵਾ ਰਿਹਾ ਹੈ ਕਿ ਤਸੱਲੀ ਕਰਾਉਣਾ ਸਾਡਾ ਹੱਕ ਬਣਦਾ ਹੈ ਕਿ ਜਨਵਾ ਦੇ ਤਸੱਲੀ ਨਾਲ ਦਿਖਾਇਆ ਜਾਵੇ। ਤਸੱਲੀਆਂ ਕਰ ਲੈਂਦੇ ਫੁੱਲ ਬਰੀਕੀਆਂ ਦੇ ਵਿੱਚ, ਫੁੱਲ ਬਰੀਕ ਝੋਟੀ ਹੈ, ਚਮੜੀ ਬਿਲਕੁਲ ਬਰੀਕ, ਟਿਸ਼ੂ ਪੇਪਰ ਵਾਖੂ ਮਾਸ਼ਾਅੱਲਾ। ਬਾਕੀ ਦੂਸਰੇ ਨੰਬਰ ਵੱਲ ਦਿਖਾ ਦਿੰਦੇ ਹਾਂ, ਦੂਸਰੇ ਨੰਬਰ ਵੱਲ ਦਿਖਾ ਦੇ ਵੀਰਾਂ ਨੂੰ, ਉਹਦੇ ਦੀ ਸਾਈਡ ਦੀ ਜਗ੍ਹਾ ਨੂੰ ਸਿੰਘ ਥੋੜ੍ਹਾ ਜਿਹਾ ਉਹਦਾ ਰੱਖ ਕੇ ਮੁੜਿਆ, ਕਾਲੀ ਸ਼ੱਕ, ਕਾਲਾ ਸ਼ਾਹ ਮੱਥਾ। ਔਰ ਮੇਰੇ ਵੀਰਾਂ ਨੇ ਕੱਦ ਚੈੱਕ ਕਰ ਲੈਣਾ ਹੈ, ਥਨ ਚੈੱਕ ਕਰ ਲੈਣਾ ਹੈ, ਇਕੱਲਾ ਇਕੱਲਾ ਥਨ ਲੱਗਾ ਹੈ,
ਲਾਜਵਾਬ ਲੱਗਾ ਏ, ਬੜਾ ਪਿਆਰਾ ਲੱਗਾ ਏ। ਇੱਕ ਰੰਗ ਦੀ ਝੋਟੀ ਏ, ਇੱਕੋ ਰੰਗ ਦੀ ਏ, ਇਹ ਨਹੀਂ ਕਿਸੇ ਕੋ ਪਾਸੋਂ ਨੁਕਸ ਹੋਵੇ, ਐਬ ਹੋਵੇ, ਕੋਈ ਐਬ ਨਹੀਂ, ਕੋਈ ਨੁਕਸ ਨਹੀਂ, ਲਾਜਵਾਬ ਏ। ਕਾਲੀ ਸ਼ਾਹ ਏ, 2 ਮਹੀਨੇ ਦੀ ਕਨਫਰਮ ਹੋਈ ਏ ਮਾਲਕਾਂ ਦੇ ਬਕੋਲ, ਰਵੇ ਨਾ ਰਵੇ ਮੁਕੱਦਰ ਜਾਨ ਨਸੀਬ ਨੇ। ਮੇਰੇ ਵੀਰਾਂ ਨੇ ਥੰਨ ਚੈੱਕ ਕਰ ਲੈਣਾ, ਇਕੱਲਾ ਇਕੱਲਾ ਲੱਗਾ ਏ, ਲਾਜਵਾਬ ਲੱਗਾ ਏ, ਬੜਾ ਪਿਆਰਾ ਲੱਗਾ ਏ, ਬੜਾ ਖੂਬਸੂਰਤ ਲੱਗਾ ਏ, ਔਰ ਚੰਗੇ ਵੱਡੇ ਜੋੜਾਂ ਦੀ ਏ। ਅੱਲਾ ਦੇ ਹੁਕਮ ਨਾਲ ਰਹਿ ਜਾਵੇ, ਤਿਆਰ ਹੋਈ ਝੋਟੀ, ਅੱਲਾ ਦੇ ਹੁਕਮ ਨਾਲ 4.5-5 ਲੱਖ ਦੀ ਜਿੰਨੀ ਮਰਜ਼ੀ ਵੇਚ ਲੈਣ। ਵੇਲ, ਕੱਦ, ਹਾਈਟ, ਪੱਛਮ, ਨਸਲ, ਜਾਤ ਮੇਰੇ ਵੀਰਾਂ ਦੇ ਸਾਹਮਣੇ। ਮਾਲਕਾਂ ਬਕੋਲ 7 ਕਿਲੋ ਦੁੱਧ ਵੀ ਹੈਗਾ, 2 ਟਾਈਮ ਪਹਾੜੇ 'ਤੇ ਮਿਲਦੀ ਏ, ਕੋਈ ਟੀਕਾ ਨਹੀਂ, ਪਹਾੜੇ 'ਤੇ ਮਿਲਦੀ ਏ 2 ਟਾਈਮ 7 ਲੀਟਰ ਦੁੱਧ ਏ। ਔਰ ਮੈਂ ਆਪਣੇ ਵੀਰਾਂ ਨੂੰ ਇਹ ਵੀ ਛੱਡ ਕੇ ਟੋਲ ਕੇ ਵਹਾਂ ਏ, ਟੋਲ ਫੇਕ ਕੇ ਦਿਖਾਉਣ ਦਾ ਮਕਸਦ ਹੁੰਦਾ ਏ, ਕੋਈ ਕੰਡਾ, ਕੋਈ ਸਰਨ ਵਾਹ, ਕੋਈ ਹਵਾ ਸ਼ਵਾ ਤਾਂ ਨਹੀਂ ਹੈਗੀ, ਕਿਸੇ ਕਿਸਮ ਦਾ ਕੋਈ ਨੁਕਸ ਤਾਂ ਨਹੀਂ ਹੈਗਾ। ਠੀਕ ਹੈ ਜੀ, ਮਾਸ਼ਾਅੱਲਾ, ਲਾਈ ਲਾਈ ਲਾ, ਲੰਮਾ ਟੋਲ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਰੇਟ ਬਿਲਕੁਲ ਮਕੂਲ ਨੇ, ਫੁੱਲ ਪਿਆਰ ਮੁਹੱਬਤਾਂ ਚਾਹਤਾਂ ਦਾ ਰੇਟ ਨੇ, ਕੋਈ ਜ਼ਿਆਦਾ ਰੇਟ ਨਹੀਂ ਹੈਗਾ, ਫੁੱਲ ਪਿਆਰ ਮੁਹੱਬਤਾਂ ਚਾਹਤਾਂ ਦਾ ਰੇਟ ਅੱਲਾ ਦੇ ਹੁਕਮ ਨਾਲ। ਬਾਕੀ ਮਜ਼ੀਦ ਗੱਲਾਂ ਬਾਤਾਂ ਕਰ ਲੈਂਦੇ ਮਾਲਕ ਨਾਲ, ਕੀ ਹਿਸਾਬ ਕਿਤਾਬ ਏ, ਕੀ ਡਿਟੇਲ ਏ, ਪਹਿਲੇ ਨੰਬਰ ਵੱਲ ਦਿਖਾਓ ਤਸੱਲੀ ਨਾਲ, ਪਹਿਲੇ ਨੰਬਰ ਵੱਲ ਤਸੱਲੀ ਨਾਲ ਦਿਖਾ ਦਿਓ ਕਿ ਮੇਰੇ ਵੀਰ ਇਹਨੇ ਕਹਿਣ ਦਿੱਤੀ ਬਾਈ ਤਸੱਲੀ ਨਹੀਂ ਕਰਵਾਈ। ਅੱਜ ਵੀਰਾਂ ਨੂੰ ਇਨਸ਼ਾਅੱਲਾ ਤਸੱਲੀਆਂ ਕਰਵਾਉਣੀਆਂ ਨੇ, ਅੱਛੇ ਅੱਛੇ ਜਨਮ ਲੈ ਕੇ ਦੇਣੇ ਨੇ, ਮਕਬੂਲ ਰੇਟ ਲੈ ਕੇ ਦੇਣੇ ਨੇ, ਮੇਰੇ ਵੀਰ ਖਰੀਦਣ ਦੇ ਖੁਆਇਸ਼ਮੰਦ ਹੋਣ। ਠੀਕ ਹੈ ਜੀ, ਠੀਕ, ਆ ਜਾਓ ਭਾਈ ਜਾਨ। ਅਸਲਾਮ ਜੀ, ਜਨਾਬ। ਵਾਲੇਕੁਮ ਸਲਾਮ, ਕੀ ਹਾਲ ਭਾਜੀ, ਠੀਕ ਹੋ? ਠੀਕ ਠਾਕ ਜੀ। ਤਬੀਤਾ ਸਿਹਤ ਦਾ ਕੀ ਨਾਮ ਹੈ? ਮੁਹੰਮਦ ਫਿਆਜ਼। ਮੁਹੰਮਦ ਫਿਆਜ਼, ਫਿਆਜ਼ ਭਾਈ, ਗੱਲਾਂ ਕਿੰਨੀਆਂ ਸੱਚੀਆਂ ਰੱਖਣੀਆਂ ਜੀ? ਆਪਣੀ ਤੁਹਾਡੀ ਸਾਡੀ ਕਿੰਨੀ ਮੁਲਾਕਾਤ? ਪਹਿਲੀ ਮੁਲਾਕਾਤ। ਅੱਗੇ ਤਾਂ ਨਹੀਂ ਦੇਖੋ ਕਰੀਆਂ? ਨਹੀਂ, ਕਦੇ ਨਹੀਂ ਕਰੀ ਨਹੀਂ ਆਏ। ਜਿਹੜੀਆਂ ਆਪਣੀਆਂ ਝੋਟੀਆਂ ਦਿਖਾਈਆਂ ਨੇ, ਹਾਂਜੀ, ਇਹ ਝੋਟੀਆਂ ਜਿਹੜੀ ਹੈਗੀ ਪਹਿਲੇ ਨੰਬਰ ਵਾਲੀ ਝੋਟੀ, ਹਾਂਜੀ, ਬਿੱਲੀ ਝੋਟੀ, ਬਿੱਲੀ ਜੀ, ਇਹ ਝੋਟੀ ਨੂੰ ਕਿੰਨਵਾਂ ਮਹੀਨਾ ਹੈ? ਜੇ 6.5 ਮਹੀਨਾ ਦੀ ਹੈਗੀ ਹੈ, ਅਤੇ 7ਵੇਂ 'ਚ ਬੜੀ ਹੋਈ ਜੀ। ਵੀ 6 ਦੇ ਉੱਤੇ ਆ? ਹਾਂਜੀ, 6 ਤੋਂ 7ਵੇਂ 'ਚ ਬੜੀ ਹੋਈ। 7ਵੇਂ ਬੜੀ, ਤੂੰ ਵੀਰ ਆਪਣਾ ਡਾਕਟਰ ਨਾਲ ਲੈ ਕੇ ਆਵੇ, ਗੱਡੀ ਦੇ ਵਿੱਚ ਬਹਾ ਕੇ ਲਿਆਵੇ। ਹਾਂਜੀ, ਆਦਿਤ ਖਾਲੀ ਨਿਕਲੇ, ਆਉਣ ਜਾਣ ਦਾ ਕਿਰਾਇਆ ਤੇਰਾ ਦੇਵਾਂਗੇ, ਅਸੀਂ ਦੇਵਾਂਗੇ। ਠੀਕ ਹੈ, ਰਿਕਾਰਡਿੰਗ ਹੋ ਰਹੀ ਆ ਜੀ? ਬਿਲਕੁਲ, ਹਾਂ ਜੀ, ਪਾਸ ਕਰਾ ਕੇ ਦੇਣੇ ਜੀ। ਠੀਕ ਹੋ, ਉਹਨਾਂ ਦੇ ਘਾਟਾ ਵਧਾ ਤੇ ਤਾਂ ਵੀ ਮੇਰਾ। ਠੀਕ ਹੋ ਜੀ, ਪਿੱਛਾ ਕੱਢੇ ਤਾਂ ਵੀ ਮੇਰੀ ਤੇ ਤਾਂ ਵੀ ਮੇਰੀ ਜੀ। ਕਿੰਨਵਾ ਸਕੋਪ ਨੇ ਜੀ? ਇਹ ਦੂਜਾ ਸਕੋਪ, ਦੂਜਾ ਸਕੋਪ। ਪਹਿਲੇ ਸਵੇਰਾ ਰਿਕਾਰਡ ਕੀ ਹੈ ਮਾਲਕਾਂ ਦੇ ਕੋਲ ਤੇ ਜੀ? ਘਰ ਦੀ ਕੇ ਮੁੱਲੀ? ਨਹੀਂ, ਆਪਣੀ ਘਰ ਦੀ, ਘਰ ਦੀ। ਪਹਿਲੇ ਸਵੇਰ ਕਿੰਨਾ ਦੁੱਧ? 15-16 ਲੀਟਰ ਦੁੱਧ ਕਰਦੀ ਜੀ ਪਹਿਲਾਂ ਸਵੇਰ। ਹਾਂਜੀ, ਮਾਸ਼ਾਅੱਲਾ ਜੀ, ਬੜੀ ਗੱਲ ਹੈ। ਐਤਕੀ ਅੱਲਾ ਦੇ ਘਾਟ ਬਹੁਤ ਉਮੀਦ ਹੈਗੀ? ਹਾਂਜੀ, ਅੱਲਾ ਖੈਰ ਕਰਕੇ ਇਸ ਤੋਂ ਬਾਅਦ ਸੋਗੂ ਵਧੇਗੀ, ਉਹਨੇ ਵਧੇਗੀ, ਥੱਲੋਂ ਚੰਗੀ ਬਣਦੀ। ਹਾਂਜੀ, ਥੱਲੋਂ ਚੰਗੀ ਮਾਸ਼ਾਅੱਲਾ ਬਣੇਗੀ, ਚੰਗੀ ਬਣੇਗੀ। ਆਪਣੇ ਘਰ ਦੀ, ਆਪਣੀ ਕਿਧਰੋਂ ਲੈ ਕੇ ਨਹੀਂ ਹੈਗੀ? ਘਰ ਦੀ ਜੀ। ਠੀਕ, ਅੱਛਾ, ਮੇਰਾ ਵੀ ਜਿਹੜੀ ਦੂਸਰਾ ਨੰਬਰ ਵਾਲੀ ਹੈ, ਹਾਂਜੀ, ਇਹ ਵੀ ਘਰ ਦੀ ਜੀ? ਉਹ ਵੀ ਘਰ ਦੀ? ਇਹ ਵੀ ਘਰ ਦੀ? ਆਪਣਾ ਮਾਲ ਘਰ ਦਾ ਹੀ ਹੈਗਾ? ਘਰ ਦਾ ਹੀ ਮਾਲ ਹੈਗਾ। ਅੱਛਾ, ਮੇਰਾ ਵੀਰ ਤੁਹਾਨੂੰ ਦੁੱਧ ਕਿੰਨਾ ਹੈ? ਉਹਦੇ ਕੋਲ 7 ਲੀਟਰ ਦੁੱਧ ਹੈ, ਦੋਵਾਂ ਟਾਈਮਾਂ ਦਾ ਬਾੜਾ ਕੇ ਦੇਣਾ? ਹਾਂਜੀ, ਠੀਕ, ਭਾੜੇ 'ਤੇ ਆ ਜੀ। ਅੱਛਾ, ਮੇਰਾ ਵੀਰ ਕੋਈ ਛੱਟਾ ਫੁਆਰਾ ਕੋਈ ਗਾਣਾ? ਕੋਈ ਛੱਟਾ ਫੁਆਰਾ ਨਹੀਂ, ਸੋਨੇ ਰੰਗੀ, ਸੋਨੇ ਵਾਲਾ ਚਵਾਜ। ਹਾਂਜੀ, ਅੱਛਾ, ਮੇਰਾ ਵੀਰ ਨਾ ਨਵੀਂ ਦੀ ਗਰੰਟੀ ਹੈ, ਨਵੇਂ 2 ਮਹੀਨੇ ਹੋ ਗਿਆ ਕਿਰਾਏ ਨੂੰ, ਲੇਕਿਨ ਅਸੀਂ ਪਾਸ ਨਹੀਂ ਕਰਾਈ ਜੀ, ਅਗਰ ਰਵੇ ਨਾ ਰਵੇ ਅਗਲੇ ਦੇ ਨਸੀਬ ਨੇ, ਆਪਾਂ ਫੰਡ ਕਰਕੇ ਦੇਣਾ। ਹਾਂਜੀ, ਆਪਾਂ ਵਿਹਲੀ ਕਰਕੇ ਦੇਣੀ, ਵਿਹਲੀ ਕਰਕੇ ਦੇਣੀ। ਅੱਛਾ, ਮੇਰਾ ਵੀਰ ਨਾ ਮੁੱਲ ਉਹ ਕਰਨਾ ਹੈ ਜਿਹੜਾ ਲੈ ਲੈਣਾ ਕਿ ਵੀਡੀਓ ਲੱਗਦੀ ਜਾਵੇ ਤੁਹਾਡੀ, ਸਾਡੀ ਪਹਿਲੀ ਮੁਲਾਕਾਤ, ਮੁੱਲ ਹੋਵੇ
ਜਿਹੜਾ ਫੋਨ ਕਰਾਂਗੇ ਬਾਈ ਆਪਣੀਆਂ ਮੱਝਾਂ ਸੇਲ ਹੋ ਗਈਆਂ ਜੀ, ਬਾਈ ਉਰੇ ਆ ਰਹੇ ਨੇ ਡਾਲਾ ਲੈ ਕੇ ਜਾਂ ਔਨਲਾਈਨ ਜਾ ਰਹੀਆਂ, ਬਿਲਕੁਲ ਬਸ ਇਹੀ ਸਵਾਦ ਆਵੇ ਕਿ ਪਤਾ ਲੱਗੇ ਕਿ ਮਾਲ ਸੇਲ ਹੋ ਗਿਆ। ਮੁੱਲ ਉਹ ਕਰ ਬਾ ਵੱਡੀ, ਮੈਂ ਜੋਟੀ ਦਾ ਮੁੱਲ ਹੈਗਾ ਜੀ 2,355,000 ਰੁਪਇਆ, 3,55,000 ਜਿੰਨੇ ਦੇ ਆਪਾਂ ਦੇ ਦੇਣ, ਕੋਈ 4 ਨਹੀਂ ਕੋਈ 4.5 ਨਹੀਂ ਹੈਗਾ। ਅੱਛਾ ਜੀ, ਹਾਂਜੀ 3,55,000 ਉਹਦਾ ਮੁੱਲ ਹੈ, ਹਾਂਜੀ, ਅਤੇ 2,62,000 ਰੁਪਇਆ ਦੂਸਰੀ ਕਾਲੀ ਮੈਂ ਦਾ ਮੁੱਲ ਹੈ, 2,65,000 ਹਾਂਜੀ ਅਤੇ 3,55,000 ਹਾਂਜੀ ਇਹ ਹੋ ਗਿਆ। ਜਿਹੜੇ ਆਪਾਂ ਦੇ ਦੇਣੇ ਨੇ ਬਾਅਦ ਆਪਾਂ ਨਹੀਂ ਕਦੇ ਮੰਗਾਂਗੇ, ਨਾ 3.5 ਨਾ 4.5 ਆਪਾਂ ਕੋਈ ਐਡੇ ਵੱਧ ਮੁੱਲ, 6,20,000 ਹੋ ਗਿਆ। ਹਾਂਜੀ 6,20,000 ਦੇ ਵਿੱਚ ਤੇਰੀ ਸਾਡੀ ਪਹਿਲੀ ਮੁਲਾਕਾਤ, ਅਤੇ ਜਿਹੜੇ ਸਾਡੀਆਂ ਮੁਹੱਬਤਾਂ ਚਾਹਤਾਂ ਕਿੰਨੀਆਂ ਸਾਡੇ ਬਾਬਾ, ਚਾਰ ਮੁਹੱਬਤ ਹੋ ਜਾਵੇਗਾ, ਕਿੰਨਾ ਕੁ ਹੁਣ ਇੱਕ ਹੋਰ ਹੀ ਕਰ ਦੇ ਕੇ ਐਂਡ ਕਰ ਦੇ ਬਾਬਾ, 5,000 ਕੱਢ ਦੇ ਜੀ, ਨਹੀਂ ਪੂਰਾ 6 ਕਰ ਦਾ, ਚਲੋ 6 ਕਰ ਦੇ, ਠੀਕ ਹੋ ਗਿਆ, ਆਈ ਵੀ ਦਿੱਕਤ ਹੋਏਗੀ 2-4,000 ਹੋ ਜਾਏਗੀ। ਲੈ ਦੋਸਤੋ ਬਾਈ ਨੇ ਗੱਲਾਂ ਸੋਲੀਆਂ ਨੇ, 6,00,000 ਰੁਪਈਆ ਜੋੜੇ ਦਾ, ਜਿਹੜੇ ਵੀ ਨੇ ਕੱਲੀ ਲੈਣੀ 3,55,000, ਆ ਹੈਗੀ 2,65,000 ਦੀ, ਇਹਦੇ 'ਚ ਲਾਡ ਪਿਆਰ ਕਰਵਾਵਾਂਗੇ। ਜਿਹੜੇ ਵੀਰ ਨੂੰ ਜੋੜਾ ਪਸੰਦ ਆਵੇ ਜੋੜਾ ਲੈ ਸਕਦਾ, ਜਿਹਨੇ ਵੀਰ ਨੇ ਕੱਲੀ ਕੱਲੀ ਲੈਣੀ ਇਕੱਲਾ ਕੱਲੀ ਲੈ ਸਕਦਾ। ਇਸੇ ਤਰੀਕੇ ਨਾਲ ਸਾਡਾ ਰਾਬਤਾ ਨੰਬਰ ਹੈਗਾ 2,56,51,10,914 ਇਹ ਕਾਲ ਨੰਬਰ ਹੈ, ਵਾਟਸਐਪ ਨੰਬਰ, ਈਮੇਲ ਨੰਬਰ ਹੈ। ਇਸੇ ਤਰੀਕੇ ਨਾਲ ਵੀਰ ਤੋਂ ਇਜਾਜ਼ਤ ਮਿਲਾਂਗੇ ਇੱਕ ਅੱਛੀ ਨਵੀਂ ਵੀਡੀਓ 'ਤੇ। ਪਾਕਿਸਤਾਨ, ਅੱਲਾ ਨਿਗਬਾਨ, ਪਾਕ ਆਰਮੀ, ਜ਼ਿੰਦਾਬਾਦ।